Thank you.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਹਿਤਾਬ ਕੌਰ ਹੈ, ਮੈਂ ਗੁਰੂ ਨਾਨਕ ਪਬਲਿਕ ਸਕੂਲ ਦੀ ਵਿਦਿਆਰਥਣ ਹਾਂ। ਅੱਜ ਮੈਂ ਤੁਹਾਨੂੰ ਅੱਜ ਕੱਲ੍ਹ ਦੀਆਂ ਕੁੜੀਆਂ 'ਤੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਪਿਆਰ ਨਾਲ ਸਰਵਣ ਕਰਨਾ ਜੀ। ਮੈਂ ਗੱਲ ਸੁਣਾਵਾਂ ਅੱਜ ਦੀਆਂ ਕੁੜੀਆਂ ਦੀ, ਮੈਂ ਗੱਲ ਸੁਣਾਵਾਂ ਅੱਜ ਦੀਆਂ ਕੁੜੀਆਂ ਦੀ, ਫੈਸ਼ਨ ਦੇ ਪਿੱਛੇ ਰੁਣੀਆਂ ਦੀ। ਬੇਢੰਗੇ ਕੱਪੜੇ ਪਾਉਂਦੀਆਂ ਨੇ, ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੀਆਂ ਨੇ। ਸ਼ਰਮਾ ਲਾ ਕੇ ਇਹਨਾਂ ਕਿੱਲੀ ਤੇ ਟੰਗੀਆਂ ਨੇ, ਘੁੱਟਣ ਵਾਲੀਆਂ ਇਹਨਾਂ ਦੀਆਂ ਸੰਗੀਆਂ ਨੇ। ਫਿਰ ਕਹਿਣੇ ਜ਼ਮਾਨਾ ਮਾੜਾ ਆ ਗਿਆ, ਫਿਰ ਕਹਿਣੇ ਜ਼ਮਾਨਾ ਮਾੜਾ ਆ ਗਿਆ। ਮਾੜਾ ਆਇਆ ਨਹੀਂ ਆਪ ਲਿਆਂਦਾ ਏ, ਦੇਖੋ ਲੈ ਗਿਆ ਕੁੜੀ ਦੇ ਸਿਰ ਤੋਂ ਦੁਪੱਟਾ ਏ, ਤੇ ਉੱਡ ਗਿਆ ਗੁੱਤ ਚ ਪਰਾਂਦਾ ਏ। ਬਾਲਾਂ ਦੇ ਯੂ ਕੱਟ ਤੇ ਵੀ ਕੱਟ ਕਰਵਾਉਂਦੀਆਂ ਨੇ, ਪਤਾ ਨਹੀਂ ਇਹ ਫੈਸ਼ਨ ਕਿੱਥੋਂ ਲਿਆਉਂਦੀਆਂ ਨੇ। ਮੱਖਣ ਮਲਾਈਆਂ ਨੂੰ ਛੱਡ ਕੇ ਅੱਜ ਕੱਲ ਬਰਗਰ ਪੀਜ਼ਿਆਂ ਨੂੰ ਹੱਥ ਪਾਉਂਦੀਆਂ ਨੇ, ਆਪਣੇ ਆਪ ਨੂੰ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਕਹਾਉਂਦੀਆਂ ਨੇ। ਇਹ ਸਰਦਾਰਾਂ ਦੀਆਂ ਕਦਰਾਂ ਨਾ ਪਾਉਂਦੀਆਂ ਨੇ, ਕਹਿਣਗੀਆਂ ਪੱਗਾਂ ਵਾਲੇ ਤਾਂ ਸਾਨੂੰ ਜਮਾ ਵੀ ਪਸੰਦ ਨਹੀਂ। ਕਹਿਣ ਜੇ ਤੂੰ ਮੁੰਡਿਆ ਮੈਨੂੰ ਚਾਹੁੰਦਾ ਏ ਤੇ ਜੂੜਾ ਪੈਣਾ ਕਟਵਾਉਣਾ ਏ, ਇਹ ਕਹਿ ਕੇ ਸਰਦਾਰਾਂ ਦੇ ਕੇਸ ਕਤਲ ਕਰਵਾਉਂਦੀਆਂ ਨੇ। ਇਹੀ ਸਰਦਾਰਾਂ ਦੇ ਮੁੰਡਿਆਂ ਨੂੰ ਕੋਨੇ ਮੋਨੇ ਹਨੀ ਸਿੰਘ ਵਰਗੇ ਬਣਾਉਂਦੀਆਂ ਨੇ। ਹਾਏ ਰੱਬਾ, ਪਤਾ ਨਹੀਂ ਇਹ ਜ਼ਮਾਨੇ ਤੋਂ ਕੀ ਚਾਹੁੰਦੀਆਂ ਨੇ। ਬਣੀ ਪਈ ਆ ਅੱਜ ਕੱਲ ਦੀ ਹਰ ਇੱਕ ਕੁੜੀ ਇੱਕ ਹੀਰ ਜਹੀ, ਓਏ ਚੁੱਕੀ ਨਹੀਂ ਜਾਣੀ ਇਸ ਤੋਂ ਇੱਕ ਸ਼ਮਸ਼ੀਰ ਜਹੀ। ਇੱਕ ਹੀ ਜੰਗ ਵਿੱਚ ਮਾਈ ਭਾਗੋ ਦੀ ਤਰ੍ਹਾਂ ਦੁਸ਼ਮਣ ਦੇ ਸਿਰ ਲਾਉਣਗੀਆਂ, ਇਹ ਤਾਂ ਘਰ ਬੈਠੇ ਆਪਣੇ ਬੱਚਿਆਂ ਨੂੰ ਡਰਪੋਕਾਂ ਜਿਹੇ ਬਣਾਉਣਗੀਆਂ। ਇਹਨਾਂ ਦੀ ਕੱਖ ਨੇ ਕਦੇ ਜੰਮਣਾ ਬੰਦਾ ਬਹਾਦਰ ਨਹੀਂ ਜਿਨ੍ਹਾਂ ਸਰਹੰਦ ਤੇ ਝੰਡਾ ਲਹਿਰਾਉਣਾ। ਇਹਨਾਂ ਦੇ ਪੁੱਤ ਤੇ ਜੋਜੋ ਹਨੀ ਸਿੰਘ ਵਰਗੇ ਨੇ ਜਿਨ੍ਹਾਂ ਸਨੀਮੇ ਅੱਗੇ ਘਰ ਪਾਉਣਾ। ਮੁੰਡੇ ਵੀ ਤਾਂ ਅੱਜ ਕੱਲ ਦੇ ਕਿਹੜਾ ਕਿਸੇ ਕੋਲੋਂ ਘੱਟ ਨੇ। ਇਹਨਾਂ ਦੇ ਕੰਨਾਂ ਚ ਨੱਤੀਆਂ ਤੇ ਗਲਾਂ ਚ ਗਾਨੀਆਂ ਨੇ ਇੱਕ ਦੂਜੇ ਨੂੰ ਕਹਿਣਗੇ ਤੇ ਤੇਰੀ ਚੰਡੀਗੜ੍ਹ ਵਾਲੀ ਭਾਬੀ ਦੀਆਂ ਨਿਸ਼ਾਨੀਆਂ ਨੇ। ਬਾਹਰ ਆਪਣੀਆਂ ਦੋਸਤਾਂ ਨੂੰ ਜੀ ਜੀ ਕਹਿ ਕੇ ਬੁਲਾਉਂਦੇ ਨੇ ਤੇ ਘਰ ਆਪਣੇ ਬਾਪ ਨੂੰ ਬੁੜਾ ਕਹਿ ਕੇ ਬੁਲਾਉਂਦੇ ਨੇ। ਬੇਬੇ ਦੀ ਪਾਰਟੀ ਚ ਨਹੀਂ ਇਹਨਾਂ ਨੇ ਵਿਖਾਈ ਨਹੀਂ ਦਿੰਦੀ ਤੇ ਬਾਹਰ ਆਪਣੀਆਂ ਦੋਸਤਾਂ ਨੂੰ ਬ੍ਰਾਂਡਾਂ ਦੀਆਂ ਸ਼ੋਪਿੰਗਾਂ ਕਰਾਉਂਦੇ ਨੇ ਦਾੜੀ ਦਾ ਪਤਾ ਨਹੀਂ ਕਿਹੜਾ ਫ੍ਰੈਂਚ ਕੱਟ ਕਰਵਾਉਂਦੇ ਨੇ। ਮੈਨੂੰ ਲੱਗੇ ਜਿਵੇਂ ਬਿੱਲੀ ਨੇ ਨਹਾਉਂਦਰਾ ਮਾਰੀਆਂ ਹੁਣ ਰਹਿੰਦੇ ਉਹਦੇ ਭੁਲੇਖੇ ਪਾਉਂਦੇ ਨੇ। ਮੋਦੀ ਕਹੇ ਅੱਛੇ ਦਿਨ ਆਉਣੇ ਵਾਲੇ ਹੈ। ਮੈਨੂੰ ਲੱਗੇ ਇਹ ਤੋਂ ਬੁਰੇ ਦਿਨ ਆਉਣੇ ਨਹੀਂ ਜਦੋਂ ਪੰਜਾਬ ਵਿੱਚ ਸਰਦਾਰ ਮੁੰਡੇ ਲੱਭਿਆ ਵੀ ਥਿਆਉਣੇ ਨਹੀਂ। ਅਖੀਰ ਵਿੱਚ ਮੈਂ ਇਹੀ ਕਹਾਂਗੀ, ਮੈਨੂੰ ਹੈਰਾਨ ਗਿਆ ਉਹਨਾਂ ਕੁੜੀਆਂ ਤੇ ਜੋ ਆਪ ਸਿੱਖਾਂ ਦੇ ਘਰੇ ਜਨਮ ਲੈ ਕੇ ਕਹਿਣਗੀਆਂ ਪੱਗਾਂ ਵਾਲੇ ਤਾਂ ਸਾਨੂੰ ਜਮਾ ਵੀ ਪਸੰਦ ਨਹੀਂ, ਤੇ ਲਖਲਾਣਾ ਤੋਂ ਉਹਨਾਂ ਮੁੰਡਿਆਂ ਤੇ ਜੋ ਇਹਨਾਂ ਵਰਗੀਆਂ ਪਿੱਛੇ ਲੱਗ ਕੇ ਆਪਣੀ ਸਰਦਾਰੀ ਛੱਡ ਕੇ ਕੇਸ ਕਤਲ ਕਰਵਾ ਕੇ ਸਿਰਾਂ ਤੇ ਟੋਪੀਆਂ ਪਾਉਂਦੇ ਨੇ। ਮੇਰਾ ਸਿਰ ਚੁੱਕਦਾ ਉਹਨਾਂ ਵੀਰਾਂ ਅੱਗੇ ਜੋ ਕਹਿੰਦੇ ਸਾਨੂੰ ਅਨਾਰ ਪਸੰਦ ਨਹੀਂ ਜਿਹਨੂੰ ਸਰਦਾਰ ਪਸੰਦ ਨਹੀਂ, ਕਿਉਂਕਿ ਸ਼ੇਰਾਂ ਨਾਲ ਹਮੇਸ਼ਾ ਸ਼ੇਰਨੀਆਂ ਹੀ ਫੱਬਦੀਆਂ ਨੇ, ਭੇਡਾਂ ਬੱਕਰੀਆਂ ਕਿੱਥੋਂ ਚੰਗੀਆਂ ਲੱਗਦੀਆਂ ਨੇ। ਮੈਂ ਫੇਰ ਆਖਾਂਗੀ, ਸ਼ੇਰਾਂ ਨਾਲ ਹਮੇਸ਼ਾ ਸ਼ੇਰਨੀਆਂ ਹੀ ਫੱਬਦੀਆਂ ਨੇ, ਭੇਡਾਂ ਬੱਕਰੀਆਂ ਕਿੱਥੋਂ ਚੰਗੀਆਂ ਲੱਗਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਕਰਮਨਜੋਤ ਸਿੰਘ ਹੈ, ਮੈਂ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਪੜ੍ਹਦਾ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸਦਾ ਨਾਂ ਹੈ ਪੁੱਤਰਾਂ ਦੇ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਤਿਲਕ ਜੰਜੂਬ ਚਾਉ ਸਤਿਗੁਰ ਜੀ, ਕਸ਼ਮੀਰੀ ਪੰਡਤਾਂ ਹਾਲ ਪੁਕਾਰ ਕੀਤੀ, ਕਿਸੇ ਧਰਮੀ ਪੁਰਸ਼ ਦਾ ਸੀਸ ਲੱਗੇ, ਨੌਵੇਂ ਪਾਤਸ਼ਾਹ ਵਿਚਾਰ ਕੀਤੀ, ਆਰਾ ਚੱਲਿਆ ਦਿਗਾਂ ਦੇ ਵਿੱਚ ਉਬਲੇ, ਅੱਜ ਹਿੰਦ ਨੂੰ ਲੋੜ ਕੁਰਬਾਨੀਆਂ ਦੀ, ਜਾ ਕੇ ਚਾਂਦਨੀ ਚੌਂਕ ਵਿੱਚ ਸੀਸ ਲਾਤਾ, ਅਣਖ ਜਾਗ ਪਏ ਹਿੰਦੁਸਤਾਨੀਆਂ ਦੀ, ਪੰਥ ਸਾਜਿਆ ਖੰਡੇ ਦੀ ਧਾਰ ਵਿੱਚੋਂ, ਪਛੜੇ ਵਰਗਾਂ ਦਾ ਮਾਨ ਸਨਮਾਨ ਕੀਤਾ, ਦਾਤ ਬਖਸ਼ੀ ਪੰਜੇ ਪਿਆਰਿਆਂ ਨੂੰ, ਦਿਆ ਸਿੰਘ ਤੋਂ ਮੇਰੇ ਕੁਰਬਾਨ ਕੀਤਾ, ਕਸਮਾਂ ਝੂਟੀਆਂ ਤੇ ਦੀਵਾਰ ਕਰਕੇ ਕਿਲ੍ਹਾ ਛੱਡਿਆ ਸਰਸਾ ਪਾਰ ਹੋਏ, ਜੋੜਾ ਕਿਸੇ ਪਾਸੇ ਲਾੜੀ ਮੌਤ ਵਿਆਹ ਨੂੰ ਤਿਆਰ ਹੋਏ, ਜਦੋਂ ਜੰਗ ਚਮਕੌਰ ਦੀ ਹੋਣ ਲੱਗੀ, ਲੱਖ ਲੱਖ ਨਾਲ ਇੱਕ ਲੜਾ ਦਿੱਤਾ, ਅਜੀਤ ਸਿੰਘ ਦੇ ਮਗਰ ਜਸਧਾਰ ਸਿੰਘ ਤੋਰਿਆ, ਪਾਣੀ ਮੰਗਿਆ ਪਾਣੀ ਵੀ ਨਾ ਦਿੱਤਾ, ਜਿਸ ਦੇ ਹੁਕਮ ਵਿੱਚ ਚੱਲਦੇ ਚੰਦ ਸੂਰਜ, ਹੁਕਮ ਸੰਗਤ ਮੰਨ ਕੇ ਟੁਰ ਚੱਲੇ, ਪੈਰਾਂ ਵਿੱਚ ਛਾਲੇ ਲੀਰੋ ਲੀਰ ਜਾਮਾ, ਸਰਾਣਾ ਢਿੰਡ ਦਾ ਘਾਹ ਫੂਸ ਥੱਲੇ, ਖਾਤਰ ਦੇਸ਼ ਦੀ ਚਾਰੋ ਲਾਲ
ਲਾਲ ਬਾਰੇ ਦਾਨੀ ਪੁੱਤਰਾਂ ਦਾ ਸਾਰਾ ਜੱਟ ਆਖੇ ਸਰਪੰਚ ਦੇ ਝੋਲੇ ਦੇ ਵਿੱਚ ਪਾਏ। ਸਿੱਖਾ ਜੇ ਸਿੱਖੀ ਰੱਖਣੀ ਹੈ ਉੱਠ ਅੰਮ੍ਰਿਤ ਵੇਲੇ ਨਾਇਆ ਕਰ, ਸਿੱਖਾ ਜੇ ਸਿੱਖੀ ਰੱਖਣੀ ਹੈ ਉੱਠ ਅੰਮ੍ਰਿਤ ਵੇਲੇ ਨਾਇਆ ਕਰ, ਜਪ ਜਪ ਜੀ ਆਨੰਦ ਸਵਈਏ ਵੀ ਚੌਪਈ ਦਾ ਪਾਠ ਅਲਾਇਆ ਕਰ, ਜੇ ਪਵ ਸਾਗਰ ਤੋਂ ਤਰਨਾ ਹੈ ਦੁਖੀਆਂ ਨੂੰ ਗਲ ਨਾ ਲਾਇਆ ਕਰ, ਤੂੰ ਸਿੱਖ ਹੈ ਤੂੰ ਸਿੱਖਿਆ ਸਿੱਖਿਆ ਸਤਿਗੁਰ ਤੋਂ ਤਤੀਆਂ ਤੇ ਆਸਣ ਲਾਉਣਾ ਵੀ, ਆਰੇ ਦੇ ਦੰਦਿਆਂ ਨਾਲ ਖਹਿ ਕੇ ਫਿਰ ਬੰਦ ਬੰਦ ਕਟਵਾਉਣਾ ਵੀ, ਖਾ ਦੇਗਾ ਵਿੱਚ ਉਬਾਲੇ ਉਹ ਖਾ ਦੇਗਾ ਵਿੱਚ ਉਬਾਲੇ ਉਹ ਸਿਰ ਦੇ ਕੇ ਸਿਦਕ ਨਿਭਾਉਣ ਵਾਲੇ, ਕੇਸਾਂ ਦੇ ਬੰਦਲੇ ਰੰਬੀਆਂ ਨਾਲ ਖੋਪੜੀਆਂ ਉਤਰਵਾਉਣ ਵਾਲੇ, ਕਿਵੇਂ ਚੱਲੀਏ ਰੀਤ ਸਿਰ ਦੇਵਣ ਦੀ ਨਿਤ ਲੋਕਾਂ ਨੂੰ ਸਮਝਾਇਆ ਕਰ, ਸਿੱਖਾ ਜੇ ਸਿੱਖੀ ਰੱਖਣੀ ਹੈ ਉੱਠ ਅੰਮ੍ਰਿਤ ਵੇਲੇ ਨਾਇਆ ਕਰ, ਦੱਸਿਆ ਗੁਰ ਤੇਗ ਬਹਾਦਰ ਨੇ ਗਹਿਰਾ ਲਈ ਆਪਾ ਵਾਰਨ ਨੂੰ, ਕਰ ਆਏ ਦੁਖੀਏ ਦਰਜੀ ਦਾ ਸਿਰ ਦੇ ਕੇ ਕੰਮ ਸਵਾਰਨ ਨੂੰ, ਇੱਕ ਐਸੀ ਪਿੱਤ ਚਲਾ ਦਿੱਤੀ ਇੱਕ ਐਸੀ ਪਿੱਤ ਚਲਾ ਦਿੱਤੀ ਸਿਰ ਤਲੀਆਂ ਤੇ ਤਰ ਲੜਦੇ ਰਹੇ, ਸਿੱਖੀ ਦੇ ਬਦਲੇ ਸਿੰਘ ਸੂਰੇ ਤੋਪਾਂ ਮੂਰੇ ਖੜਦੇ ਰਹੇ, ਸਿੱਖੀ ਦੇ ਬਦਲੇ ਸਿੰਘ ਸੂਰੇ ਤੋਪਾਂ ਮੂਰੇ ਖੜਦੇ ਰਹੇ। ਇਹਨਾਂ ਦੀਆਂ ਕਥਾ ਕਹਾਣੀਆਂ ਨੂੰ ਲੋਕਾਂ ਦੇ ਕੰਨੀ ਪਾਇਆ ਕਰ, ਸਿੱਖਾ ਜੇ ਸਿੱਖੀ ਰੱਖਣੀ ਹੈ ਉੱਠ ਅੰਮ੍ਰਿਤ ਵੇਲੇ ਨਾਇਆ ਕਰ, ਸ਼ੱਕ ਅੰਮ੍ਰਿਤ ਖੰਡੇ ਵਾਟੇ ਦਾ ਗਿਰਨਾ ਤੋਂ ਸ਼ੇਰ ਬਣਾਵੇ ਜੋ, ਤਾਂ ਬਸਤਰ ਸ਼ਸਤਰ ਲਾ ਐਸੇ ਸਤਿਗੁਰ ਦੇ ਮਨ ਨੂੰ ਭਾਵੇ ਜੋ, ਰੱਖ ਰਹਿਣੀ ਬਣ ਜਾ ਸਿੰਘ ਸੂਰਾ ਰੱਖ ਰਹਿਣੀ ਬਣ ਜਾ ਸਿੰਘ ਸੂਰਾ, ਛੱਡ ਸੰਗਤ ਦੁਰਜਨ ਲੋਕਾਂ ਦੀ ਕਰ ਰਾਖੀ ਗਊ ਗਰੀਬਾਂ ਦੀ, ਛੜਿਆਰੀ ਖੂਨੀ ਜੋਕਾਂ ਦੀ ਕਰ ਨੇਕ ਕਮਾਈਆਂ ਬਣ ਪੂਰਾ, ਭੁੱਖਿਆਂ ਨੂੰ ਖਵਾ ਕੇ ਖਾਇਆ ਕਰ, ਸਿੱਖਾ ਜੇ ਸਿੱਖੀ ਰੱਖਣੀ ਹੈ ਉੱਠ ਅੰਮ੍ਰਿਤ ਵੇਲੇ ਨਹਾਇਆ ਕਰ, ਕਰ ਰਾਖੀ ਗੁਰਧਾਮਾਂ ਦੀ ਜਿਹੜੀ ਤੇਰੀ ਰੱਖਿਆ ਕਰਦੇ ਨੇ, ਕਰ ਰਾਖੀ ਗੁਰਧਾਮਾਂ ਦੀ ਜਿਹੜੀ ਤੇਰੀ ਰੱਖਿਆ ਕਰਦੇ ਨੇ, ਉਹ ਕਲਗੀਆਂ ਵਾਲਾ ਵੇਖ ਰਿਹਾ ਜਿਹੜੇ ਸਿੱਖ ਕੌਮਲੇ ਮਰਦੇ ਨੇ, ਉਹ ਕਲਗੀਆਂ ਵਾਲਾ ਵੇਖ ਰਿਹਾ ਜਿਹੜੇ ਸਿੱਖ ਕੌਮਲੇ ਮਰਦੇ ਨੇ, ਜਿਹੜੇ ਧੰਨ ਦੇ ਨਾਂ ਤੇ ਲੁੱਟਦੇ ਨੇ ਦੋ ਜਗ ਵਿੱਚ ਅਗਨੀ ਸਾੜੇਗੀ, ਕਰ ਲਾਲਚ ਗੱਦੀਆਂ ਸਾਂਭਣ ਜੋ, ਅਸਲੀ ਨੇ ਜੜ ਪੁਆੜੇ ਦੀ, ਉੱਠ ਜਾਣੀ ਹੈ ਸਫਾ ਮਲੇਸ਼ਾਂ ਦੀ, ਇਹਨਾਂ ਨੂੰ ਮੂੰਹ ਨਾ ਲਾਇਆ ਕਰ। ਆਪਾਂ ਸਾਰਿਆਂ ਨੂੰ ਇਹ ਤਾਂ ਪਤਾ ਹੀ ਹੈ ਕਿ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ ਤੇ ਇਹਨਾਂ ਦਾ ਜਨਮ ਪਾਕਿਸਤਾਨ ਵਿੱਚ ਰਾਏਭੋਇ ਦੀ ਤਲਵੰਡੀ ਵਿਖੇ ਹੋਇਆ, ਹੁਣ ਜਿਸ ਨੂੰ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ। ਇਹ ਸ਼ੁਰੂ ਤੋਂ ਹੀ ਦੁਨਿਆਵੀ ਕੰਮਾਂ ਤੋਂ ਪਰੇ ਸਨ। ਇਹਨਾਂ ਦੇ ਪਿਤਾ ਜੀ ਨੇ ਇੱਕ ਵਾਰੀ ਇਹਨਾਂ ਨੂੰ ਮੱਝਾਂ ਚਾਰਨ ਲਈ ਭੇਜ ਦਿੱਤਾ ਤਾਂ ਮੱਝਾਂ ਨੂੰ ਖੁੱਲੀਆਂ ਛੱਡ ਕੇ ਆਪ ਭਗਤੀ ਵਿੱਚ ਖੋ ਗਏ ਤੇ ਮੱਝਾਂ ਦੂਜਿਆਂ ਦੇ ਖੇਤ ਨੂੰ ਚਰ ਗਈਆਂ। ਇੱਕ ਵਾਰੀ ਫਿਰ ਇਹਨਾਂ ਦੇ ਪਿਤਾ ਜੀ ਨੇ 20 ਰੁਪਏ ਦੇ ਕੇ ਇਹਨਾਂ ਨੂੰ ਵਪਾਰ ਕਰਨ ਲਈ ਭੇਜਿਆ ਤਾਂ ਭੁੱਖੇ ਸਾਧੂਆਂ ਨੂੰ ਅੰਨ ਖਵਾ ਕੇ ਮੁੜਿਆ। ਇਹਨਾਂ ਦੇ ਪਿਤਾ ਜੀ ਇਹਨਾਂ ਤੋਂ ਕਾਫੀ ਨਾਰਾਜ਼ ਹੋਏ ਸਨ ਤਾਂ ਫਿਰ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਇਹਨਾਂ ਦੀ ਭੈਣ ਭਾਈ ਬੀਬੀ ਨਾਨਕੀ ਜੀ ਕੋਲੇ ਸੁਲਤਾਨਪੁਰ ਭੇਜ ਦਿੱਤਾ। ਉੱਥੇ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਇਹ ਅਨਾਜ ਤੋਲਣ ਦਾ ਕੰਮ ਕਰਨ ਲੱਗ ਪਏ। ਆਪ 13 ਦਿਨਾਂ ਕਹਿ ਕੇ ਅਨਾਜ ਤੋਲਦੇ ਰਹਿੰਦੇ। ਆਪਦੇ ਵਿਰੋਧੀਆਂ ਨੇ ਆਪ ਦੀ ਸ਼ਿਕਾਇਤ ਨਵਾਬ ਕੋਲ ਲਗਾ ਦਿੱਤੀ ਕਿ ਗੁਰੂ ਨਾਨਕ ਤੁਹਾਡਾ ਅੰਨ ਲੁਟਾ ਰਿਹਾ ਹੈ, ਪਰ ਜਦੋਂ ਅਨਾਜ ਤੋਲਿਆ ਗਿਆ ਤਾਂ ਅਨਾਜ ਸਹੀ ਨਿਕਲਿਆ ਤੇ ਆਪ ਜੀ ਦਾ ਇੱਥੋਂ ਵੀ ਮਨ ਖੱਟਾ ਹੋ ਗਿਆ ਤੇ ਆਪ ਜੀ ਨੇ ਕੰਮ ਛੱਡ ਦਿੱਤਾ। ਆਪ ਜੀ ਨੇ ਚਾਰ ਉਦਾਸੀਆਂ ਕੀਤੀਆਂ, ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਤੇ ਸੱਜਣ ਠੱਗ ਤੇ ਕੌਡਾ ਰਾਕਸ਼ਸ ਵਰਗਿਆਂ ਨੂੰ ਸੁਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪੰਜਾਬ ਵਿੱਚ 5 ਦਰਿਆ ਵਗਦੇ ਸਨ, ਪਰੰਤੂ ਹੁਣ 6ਵਾਂ ਦਰਿਆ ਨਸ਼ਿਆਂ ਦਾ ਵੀ ਹੈ। ਜੋ ਵੀ ਇਸ ਦਰਿਆ ਵਿੱਚ ਛਲਾਂਗ ਲਾ ਜਾਂਦਾ ਉਹ ਉਮਰ ਭਰ ਕਿਨਾਰੇ 'ਤੇ ਨਹੀਂ ਆਉਂਦਾ, ਘਰਾਂ ਦੇ ਘਰ ਉੱਜੜ ਜਾਂਦੇ ਹਨ, ਮਾਵਾਂ ਦੇ ਲਾਡਲੇ ਪੁੱਤ ਤਬਾਹ ਹੋ ਜਾਂਦੇ ਹਨ। ਇਸ ਨਸ਼ੇ ਦੀ ਲੱਤ ਨੇ ਪੰਜਾਬ ਨੂੰ ਰੋਗੀ ਬਣਾ ਦਿੱਤਾ ਹੈ ਜਿਸ ਪੰਜਾਬ ਨੂੰ ਪਹਿਲਾਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਉਹ ਹੌਲੀ ਹੌਲੀ ਖਤਮ ਹੋ ਰਿਹਾ ਹੈ। ਪੰਜਾਬੀ ਨੌਜਵਾਨ ਰੋਟੀ ਦੀ ਤਰ੍ਹਾਂ ਨਸ਼ਿਆਂ ਦੀ ਵਰਤੋਂ ਕਰਦੇ ਸਨ, ਪਰੰਤੂ ਨਸ਼ਾ ਕੋਈ ਵੀ ਹੋਵੇ ਕਿਸੇ ਨਾ ਕਿਸੇ ਆਪਣੇ ਕਿਸੇ ਨਾ ਕਿਸੇ ਹਿੱਸੇ ਨੂੰ ਨੁਕਸਾਨ ਹੀ ਪਹੁੰਚਾਉਂਦਾ ਹੈ। ਪੰਜਾਬ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਨਸ਼ਾ ਆਉਣ ਵਾਲੀ ਪੀੜ੍ਹੀ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਭ ਤੋਂ ਪਹਿਲਾਂ ਇਹ ਜਾਣ ਲਈਏ ਕਿ ਸਾਡਾ ਸੱਭਿਆਚਾਰ ਅਤੇ ਵਿਰਸਾ ਹੁੰਦਾ ਕੀ ਹੈ, ਕਿਉਂਕਿ ਕੁਝ ਲੋਕ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇ ਕੇ ਸਿੱਖੀ ਦੇ ਸ਼ਾਨਦਾਰ ਬੂਟੇ ਨੂੰ ਤਬਾਹ ਕਰਨ ਦੇ ਰਾਹ ਤੁਰੇ ਹੋਏ ਨੇ, ਅਤੇ ਕੁਝ ਲੋਕ ਇਹ ਸੋਚਦੇ ਹਨ ਕਿ ਸਾਡਾ ਸੱਭਿਆਚਾਰ ਕੇਵਲ ਗਿੱਧਾ, ਭੰਗੜਾ, ਅਸਲੀਲ ਗਾਇਕੀ, ਪੁਰਾਣੇ ਖੂਹ, ਚਰਖੇ ਆਦਿ ਹੀ ਹਨ, ਨਾ ਕਿ ਮੱਲ ਅਖਾੜੇ, ਗੱਤਕਾ, ਸੂਰਵੀਰਾਂ ਦੀਆਂ ਸ਼ਹਾਦਤਾਂ। ਮਿਸਟਰ ਟਾਇਲਰ ਦੇ ਅਨੁਸਾਰ ਸੱਭਿਆਚਾਰ ਉਹਨਾਂ ਤੱਤਾਂ ਦਾ ਮਿਸ਼ਨ ਹੈ ਜਿਸ ਵਿੱਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ ਆਦਿ ਸਮਰਥਾਵਾਂ ਆ ਜਾਂਦੀਆਂ ਹਨ ਜੋ ਮਨੁੱਖਿਕ ਸਮਾਜ ਦਾ ਮੈਂਬਰ ਹੁੰਦਿਆਂ ਗ੍ਰਹਿਣ ਕਰਦਾ ਹੈ। ਭਾਈ ਕਾਨ ਸਿੰਘ ਨਾਭਾ ਜੀ ਵਿਰਸੇ ਬਾਰੇ ਲਿਖਦੇ ਹਨ ਕਿ ਇਸ ਦਾ ਅਰਥ ਹੈ ਜੱਦੀ ਹੱਕ, ਜੋ ਕੁਰਬਾਨੀਆਂ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਕੀਤੀਆਂ ਉਹਨਾਂ ਨੂੰ ਕਾਇਮ ਰੱਖਣਾ ਸਾਡਾ ਹੀ ਹੱਕ ਹੈ, ਨਾ ਕਿ ਢੋਲ ਢਮੱਕਾ ਕਰੀ ਜਾਣਾ, ਗਿੱਧਾ ਭੰਗੜਾ ਪਾਈ ਜਾਣਾ, ਸ਼ਰਾਬਾਂ ਵਰਤਾਈ ਜਾਣੀਆਂ। ਕਿਸੇ ਸਮੇਂ ਕਿਹਾ ਜਾਂਦਾ ਸੀ ਕਿ ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੋ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ ਹੋ, ਬੇਹੱਦ ਹਰਮਨ ਪਿਆਰਾ ਹੋ ਗਿਆ ਸੀ। ਅਸੀਂ ਕੇਵਲ ਇਸ ਦੀ ਸੁਰ ਵਿੱਚ ਮਸਤ ਹੋ ਕੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਧਾਰਨ ਕਰਕੇ ਦੁਸ਼ਮਣਾਂ ਨਾਲ ਜੂਝਣਾ ਸਿੱਖ ਲਿਆ। ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਖੇ ਤੱਤੀ ਤਵੀ 'ਤੇ ਬੈਠ ਕੇ ਸ਼ਹਾਦਤ ਦਿੱਤੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਸਾਨੀ ਕੁਰਬਾਨੀ ਸਦਕਾ ਕਾਫਲਾ ਹੀ ਤੁਰ ਪਿਆ ਜੱਦੀ ਹੱਕਾਂ ਦਾ। ਇਹ ਸਿੱਖੋ, ਯਾਦ ਰੱਖਿਓ, ਇਹ ਸ਼ਹਾਦਤਾਂ ਅਤੇ ਸ਼ਹਾਦਤਾਂ ਵਾਲੇ ਸਥਾਨ ਹੀ ਸਾਡਾ ਵਿਰਸਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਾਨੂੰ ਸੱਭਿਅਕ ਬਣਾਉਂਦੀ ਹੈ, ਰਹਿਣ ਸਹਿਣ ਦੇ ਢੰਗ ਸਿਖਾਉਂਦੀ ਹੈ, ਨਹੀਂ ਤਾਂ ਫਿਰ ਲੁੱਟੇ ਜਾਣ ਤੋਂ ਬਾਅਦ ਸ਼ੋਰ ਮਚਾਉਣ ਦਾ ਕੋਈ ਫਾਇਦਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਐਮ ਵੈਰੀ ਥੈਂਕਫੁਲ ਟੂ ਆਗਮ ਰਿਕਾਰਡ ਕੰਪਨੀ ਟੂ ਪ੍ਰੋਵਾਈਡ ਦਾ ਓਪਰਚੁਨਿਟੀ ਟੂ ਸ਼ੋ ਦੇਅਰ ਟੈਲੈਂਟ ਇਨ ਗੁਰਬਾਣੀ, ਸ਼ਬਦ ਗਾਇਨ, ਗੱਤਕਾ, ਕਵੀਸ਼ਰੀ। ਦੀਸ ਟਾਈਪਸ ਆਫ ਪ੍ਰੋਗਰਾਮ ਸ਼ੁੱਡ ਬੀ ਇਨ ਸਕੂਲ ਸੋ ਦੈਟ ਦਾ ਸਟੂਡੈਂਟਸ ਅਟੈਚ ਵਿਦ ਗੁਰਬਾਣੀ ਐਂਡ ਲਿਵ ਏ ਸਕਸੈਸਫੁਲ ਲਾਈਫ। ਵੰਸ ਅਗੇਨ a very thankful Agam Record Company to provide the such type of opportunity in the school. Waheguru ji ka khalsa, Waheguru ji ki fateh.